ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਪਿੰਡ ਬੁਰਜ ਵਕੀਲ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਵਿਸਾਵਾ ਸਿੰਘ ਜੀ ਦੀ ਸਾਲਾਨਾ ਵਰਸੀ ਸੇਵਾਦਾਰ ਬਾਬਾ ਵਿਸਾਖਾ ਸਿੰਘ ਜੀ ਅਤੇ ਲੋਕਲ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਮਾਗਮਾਂ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਪ੍ਰਸਿੱਧ ਕਵੀਸ਼ਰ ਤਰਨਾ ਦਲ ਵਾਲੀਆਂ ਬੀਬੀਆਂ ਢਾਡੀ ਨਰੰਗ ਸਿੰਘ ਜੀ ਝੱਲੀ, ਬੀਬਾ ਕੁਲਵੰਤ ਕੌਰ ਜੀ ਰਾਏਪੁਰ, ਬਾਬਾ ਵਿਸਾਖਾ ਸਿੰਘ ਜੀ, ਬਾਬਾ ਹਰਦੇਵ ਸਿੰਘ ਜੀ ਲੌਰਾ ਸਾਹਿਬ, ਬਾਬਾ ਕਸ਼ਮੀਰਾ ਸਿੰਘ ਜੀ ਲੌਰਾ ਸਾਹਿਬ ਨੇ ਲੰਬਾ ਸਮਾਂ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨਿਹਾਲ ਕੀਤਾ। ਜੱਗ ਵਿੱਚ ਮੇਰਾ ਬੰਦਾ ਕਹੇ ਸੁਣਾ ਕੇ, ਬੰਦਾ ਕਹੇ ਸੁਣਾ ਕੇ, ਨਹੀਂ ਜੱਗ ਵਿੱਚ ਮੇਰਾ ਬੰਦਾ ਕਹੇ ਸੁਣਾ ਕੇ, ਬੰਦਾ ਕਹੇ ਸੁਣਾ ਕੇ, ਨਾ ਜੱਗ ਉਤੇ ਨਾ ਕੋਈ ਸੁਣੇ ਮੌਤ ਦਾ ਢੋਲ, ਗੁਰਾਂ ਦੀਏ ਵਾਹਿਗੁਰੂ ਵਾਹਿਗੁਰੂ ਬੋਲ, ਮੁੜ ਕੇ ਨਹੀਂ ਲੱਭਣਾ ਵਿਚਾਰ ਜਰਾ ਦੇਖ ਜਾਤੀ ਮਾਂ, ਸੋਚਦੇ ਵਿਚਾਰ ਜਰਾ ਦੇਖ ਜਾਤੀ ਮਾਂ, ਸੋਚਦੇ ਵਿਚਾਰ ਜਰਾ ਦੇਖ ਜਾਤੀ ਮਾਂ, ਸੋਚਦੇ ਵਿਚਾਰ ਜਰਾ ਦੇਖ ਜਾਤੀ ਮਾਂ, ਕਿਹੜਾ ਤੇਰੇ ਨਾਲ ਇੱਥੋਂ ਜਾਊਗਾ, ਕਿਹੜਾ ਫੜੂ ਜਾ ਕੇ ਰਲ ਕਾਜ ਤੇਰੀ ਮਾਂ, ਜਪਿਆ ਹਰ ਨਾਮ ਜਿਨ੍ਹਾਂ ਨੇ ਕਿਉਂਦੇ ਹੀ ਦਿਸਦੇ ਨੇ, ਜਪਿਆ ਹਰ ਨਾਮ ਜਿਨ੍ਹਾਂ ਨੇ ਕਿਉਂਦੇ ਹੀ ਦਿਸਦੇ ਨੇ, ਜਪਿਆ ਹਰ ਨਾਮ ਜਿਨ੍ਹਾਂ ਨੇ ਕਿਉਂਦੇ ਹੀ ਦਿਸਦੇ ਨੇ, ਜਪਿਆ ਹਰ ਨਾਮ ਜਿਨ੍ਹਾਂ ਨੇ ਰੱਬ ਦੇ ਉਹਦਾ ਪੇਟ ਨੰਗ ਦੇ ਦੱਸ ਦੇ ਬਸ ਦੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਜੀ, ਭਾਗ ਛੜੇ ਹਰ ਸੰਤ ਤੁਮਾਰੇ ਧਨ ਹਰ ਨਾਮਾ ਜੀ, ਧਨ ਹਰ ਨਾਮਾ ਜਿਨ ਕਰ ਧਨ ਹਰ ਨਾਮਾ ਜੀ, ਧਨ ਹਰ ਨਾਮਾ ਜੀ ਜਿਨ ਕਰ ਧਨ ਹਰ ਨਾਮਾ ਜੀ, ਮੇਰੇ ਮਨ ਦੀ ਆਨੰਦ ਮੈਂ
ਇਹਨਾਂ ਸਮਾਗਮਾਂ ਮੌਕੇ ਸਟੇਜ ਨੂੰ ਭਾਈ ਗੁਰਤੇਜ ਸਿੰਘ ਤੇਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲਏ ਗਏ। ਮਿਲ ਮੇਰੇ ਪ੍ਰੀਤ ਮਾਂ ਜੀਓ, ਦੁੱਧ ਬਿਨ ਖਰੀ ਨਿਮਾਣੀ। ਮਿਲ ਮੇਰੇ ਪ੍ਰੀਤ ਮਾਂ ਜੀਓ, ਦੁੱਧ ਬਿਨ ਖਰੀ ਨਿਮਾਣੀ। ਮੈਂ ਨੈਣੀ ਸਾਡੇ ਰਿਪੋਰਟਰ ਗੌਰਵ ਕਸ਼ੇਪਰ ਨਾਲ ਗੱਲਬਾਤ ਕਰਦਿਆਂ ਬਾਬਾ ਵਿਸਾਖਾ ਸਿੰਘ ਜੀ, ਲੋਕਲ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਬੋਬੀ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਢੀਂਡਸਾ, ਖਜਾਨਚੀ ਸੁਖਵਿੰਦਰ ਸਿੰਘ ਸੇਖੋਂ, ਕੁਲਵਿੰਦਰ ਸਿੰਘ, ਨਾਜਰ ਸਿੰਘ ਫੌਜੀ, ਚੰਦ ਸਿੰਘ ਡਾਲੀਵਾਲਾ ਨੇ ਆਪਣੇ ਵਿਚਾਰ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜੋ ਸਮਾਗਮ ਧੰਨ ਧੰਨ ਸੰਤ ਬਾਬਾ ਵਿਸਾਵਾ ਸਿੰਘ ਜੀ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਸਮਰਪਿਤ, ਜੋ ਕਿ ਪਿੰਡ ਬੁਰਜ ਬਘੇਲ ਸਿੰਘ ਵਾਲਾ ਸਮੂਹ ਸੰਗਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ, ਜੋ ਕਿ ਇਸ ਸਥਾਨ 'ਤੇ ਮਹਾਂਪੁਰਖਾਂ ਨੇ ਤਪ ਕੀਤਾ, ਇਸ ਸਥਾਨ ਨੂੰ ਭਾਗ ਲਾਏ, ਹਜ਼ਾਰਾਂ ਹੀ ਤਕੀਬ ਸੰਗਤਾਂ ਨੇ ਪਹੁੰਚ ਕੇ ਇੱਥੇ ਲਾਹਾ ਲੈਂਦੀਆਂ ਹਨ ਔਰ ਸੰਗਤਾਂ ਦੀਆਂ ਭਾਵਨਾ ਪੂਰਨ ਹੁੰਦੀਆਂ ਹਨ। ਸੋ ਜੋ ਸਾਲਾਨਾ ਸਮਾਗਮ ਹੈ, ਇਹ ਮਹਾਂਪੁਰਖਾਂ ਦੀ ਯਾਦ ਵਿੱਚ 6, 7, 8 ਹਾੜ ਭਾਵ ਕੇ 20, 21, 22 ਅਤੇ ਲਗਭਗ ਤਰੀਕ 'ਤੇ ਮਨਾਇਆ ਜਾਂਦਾ ਹੈ ਜੂਨ ਦੇ ਵਿੱਚ। ਸੋ ਬਹੁਤ ਸਾਰੀਆਂ ਸੰਗਤਾਂ ਪਹੁੰਚ ਕੇ ਲਾਹੇ ਪ੍ਰਾਪਤ ਕਰਦੀਆਂ ਹਨ। ਸੋ ਸੰਗਤਾਂ ਦਾ ਵੀ ਧੰਨਵਾਦ ਜੋ ਸਹਿਯੋਗ ਦਿੰਦੀਆਂ ਹਨ ਅਤੇ ਸਮੂਹ ਇਲਾਕਿਆਂ ਵਾਲੀ ਸੰਗਤਾਂ ਦਾ ਧੰਨਵਾਦ, ਕੋਟਾਨਕੋਟ ਸ਼ੁਕਰਾਨਾ। ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਔਰ ਬੇਨਤੀ ਹੈ ਕਿ ਕੱਲ੍ਹ ਨੂੰ ਭਾਈ ਜੋ ਕਿ ਅੰਮ੍ਰਿਤ ਦਾ ਬਾਟਾ ਸੰਚਾਰ ਹੋਣਾ ਹੈ ਔਰ ਸੰਗਤਾਂ ਨੇ ਪਹੁੰਚ ਕੇ ਭਾਈ ਲਾਹੇ ਲੈਣੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀਆਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ। ਮਿਲ ਮੇਰੇ ਪ੍ਰੀਤ ਮਾਂ ਜੀਓ, ਦੁੱਧ ਬਿਨ ਖਰੀ ਨਿਮਾਣੀ। ਮਿਲ ਮੇਰੇ ਪ੍ਰੀਤ ਮਾਂ ਜੀਓ, ਦੁੱਧ ਬਿਨ ਖਰੀ ਨਿਮਾਣੀ। ਜ਼ਿਕਰਯੋਗ ਹੈ ਕਿ ਤਪ ਸਥਾਨ ਬਾਬਾ ਵਸਾਵਾ ਸਿੰਘ ਜੀ ਅਤੇ ਸੰਤ ਅਤਰ ਸਿੰਘ ਜੀ ਮਸਤੂਣਾ ਸਾਹਿਬ, ਪਿੰਡ ਬੁਰਜ ਬਘੇਲ ਸਿੰਘ ਵਾਲਾ,
ਜ਼ਿਲ੍ਹਾ ਸੰਗਰੂਰ ਦੀ ਦੇਸ਼ਾਂ ਵਿਦੇਸ਼ਾਂ ਤੱਕ ਦੀਆਂ ਸੰਗਤਾਂ ਅੰਦਰ ਕਾਫ਼ੀ ਮਾਨਤਾ ਹੈ। ਇੱਥੋਂ ਦਾ ਇਤਿਹਾਸ ਦੱਸਦਾ ਹੈ ਕਿ ਇੱਥੇ ਜੋ ਵੀ ਕੋਈ ਆਪਣੀ ਸੁਖਣਾ ਸੁਖਦਾ ਹੈ ਉਹਨਾਂ ਦੀਆਂ ਸੁੱਖਾਂ ਬਾਰਾਂ ਹੁੰਦੀਆਂ ਹਨ। ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301।